चर्चा हो रही है गुरप्रीत सिंह कांगड़ होरां दी। गुरप्रीत सिंह कांगड़ होरां दी क्यों चर्चा हो रही है? क्योंकि कैबिनेट मंत्री ने, कैबिनेट मंत्री होने करके चर्चा नहीं, चर्चा उन्होंने जवाई नूं नौकरी देने नूं लैके हो रही है कि अज की कैबिनेट मीटिंग दे विच उन्होंने जवाई नूं इंस्पैक्टर एक्साइज विभाग दे विच कहिंदे रखण जाण नूं मंजूरी मिल सकती है। गुरप्रीत कांगड़ साढ़े नाल ने इस वेले सारे सवालों के जवाब देने दे लई, क्योंकि लगातार अज चर्चा चल रही है कि एक कैबिनेट मंत्री दे जवाई नूं नौकरी मिल जा रही है और नाल एक होर शख्स बैठे ने गुरप्रीत कांगड़ों के नाल, कुलदीप सिंह धालीवाल ने। यह वो शख्स ने जिहड़े 2011 दे विच जदों ETO भूपजी सिंह होरां दी मौत हुई तो यह भी उस वेले उन्हां दे नाल ETO होया करदे सी और उस वेले ETO एसोसीएशन दे प्रधान सी, तो वह उस वेले की मैटर सी हर पक्ष तो पूरी जानकारी लैण दी कोशिश करदे। पर सब तो पहला सवाल कैबिनेट मंत्री साहब, रणु मंत्री साहब आंदे लोग नौकरियां लभदे फिरदे आ, सरकार तो आस करदे आ, सरकार घरे नौकरियां दे रही है। देखो, सरकार जिथे देण वालियां नौकरियां उत्थे असीं वादे ने वादे भी निभा रहे हैं। जिहड़ी इह नौकरी दी गल करदी है, इह ठीक है, अज मैनूं बड़ा दुख होया, साडे जिहड़ा प्रिंट मीडिया सुबह मैं अखबार पढ़िया उहनां उत्ते विच इन्नियां गलत खबरां लिखणियां। असीं समाज दे विच साडे जिहड़ा मीडिया नूं असीं चौथा थम मन्निया जांदा वी जे किते जस्टिस दा किते ध्यान आवे उह मीडिया है, पर अज मीडिया दे वी हालात इन्ने माड़े हो चले। बहुत अज मैं आडिटर साहिबाना नूं सारिआं नूं बेनती करना चाहुंदा ਵੀ ਜਿਹੜੇ ਤੁਹਾਡੇ ਅੱਗੇ ਜਿਹੜੇ ਵੀ ਤੁਹਾਨੂੰ ਇਸ ਪ੍ਰਿੰਟ ਮੀਡੀਆ ਹੋਵੇ ਜਾਂ ਇਲੈਕਟ੍ਰੋਨਿਕ ਮੀਡੀਆ ਹੋਵੇ, ਉਹਨਾਂ ਮਤਲਬ ਬੰਦਿਆਂ ਦੀ ਚੋਇਸ ਕਰਨੀ ਚਾਹੀਦੀ ਹੈ ਜਿਹੜੇ ਮਤਲਬ ਸਹੀ ਤੱਥ ਪੇਸ਼ ਕੀਤੇ ਜਾਣ। ਜਿਹੜੇ ਬੰਦਿਆਂ ਨੇ ਅੱਜ ਪ੍ਰਿੰਟ ਮੀਡੀਆ 'ਚ ਲਿਖਿਆ ਉਹਨਾਂ ਦੀ ਬੈਕਗ੍ਰਾਊਂਡ ਵੇਖੀ ਜਾਵੇ, ਉਹਨਾਂ ਨੇ ਪਿਛੋਕੜ ਦੇ ਵਿੱਚ ਆਪਣੇ ਏਰੀਏ ਦੇ ਵਿੱਚ ਕੀ ਕੁਛ ਕੀਤਾ, ਆਪਣੇ ਏਰੀਏ ਦੇ ਵਿੱਚ ਕੁੱਟ ਸਵਾਏ ਛੱਤਰਾਂ ਤੋਂ ਖਾਣ ਤੋਂ ਸਵਾਏ ਉਹਨਾਂ ਨੇ ਕੁਛ ਨਹੀਂ ਕੀਤਾ, ਸਿਰਫ ਇਹ ਜਿਹੀਆਂ ਟੇਢੀਆਂ ਫੇਢੀਆਂ ਖਬਰਾਂ ਲਾਉਣੀਆਂ। ਪਰ ਜੋ ਏਜੰਡੇ ਦੀ ਗੱਲ ਹੋ ਰਹੀ ਹੈ, ਅੱਜ ਕੈਬਨਿਟ ਮੀਟਿੰਗ ਦੇ ਵਿੱਚ ਏਜੰਡਾ ਆ ਰਿਹਾ, ਚਰਚਾ ਇਹੀ ਆ, ਸਾਡੇ ਸੋਰਸ ਦੱਸਦੇ ਨੇ ਕਿ ਪੱਕੀ ਗੱਲ ਹੈ, ਪਰ ਅੱਜ ਤੁਹਾਡੇ ਜਵਾਈ ਨੂੰ ਇੰਸਪੈਕਟਰ ਰੱਖ ਲਿਆ ਜਾਣਾ, ਇਹ ਤੱਥ ਤਾਂ ਗਲਤ ਨਹੀਂ ਹੈ ਨਾ? ਵੇਖੋ, ਕੈਬਨਿਟ ਦੇ ਵਿੱਚ ਫੈਸਲਾ ਹੋਣਾ ਹੈ, ਕੈਬਨਿਟ ਫੈਸਲਾ ਕਰੂਗੀ, ਮਨਜ਼ੂਰ ਕਰੂਗੀ, ਮੰਨਿਆ ਜਾਊਗਾ, ਜੇ ਨਾ ਮਨਜ਼ੂਰ ਕੀਤੀ ਜਾਊਗੀ ਨਾ ਮੰਨਿਆ ਜਾਊਗਾ। ਕੋਈ ਇਹ ਨਹੀਂ ਵੀ ਮੈਂ ਕਿਸੇ ਉੱਥੇ ਕਿਸੇ ਨੇ ਪ੍ਰੈਸ਼ਰ ਪਾ ਕੇ ਜਾਂ ਕਿਸੇ ਦੀ ਦਬਾਅ ਹੇਠ ਕੈਬਨਿਟ ਹੁੰਦੀ ਹੈ। ਕੈਬਨਿਟ ਇੱਕ ਰਾਏ ਦੇ ਮੁਤਾਬਕ ਸਾਰੇ ਕੈਬਨਿਟ ਵਜ਼ੀਰ ਬਹਿੰਦੇ ਨੇ, ਚੀਫ ਮਿਨਿਸਟਰ ਸਾਹਿਬ ਬਹਿੰਦੇ ਨੇ। ਜੇ ਕੋਈ ਚੰਗਾ ਫੈਸਲਾ ਲੱਗਦਾ ਤਾਂ ਸਾਰੇ ਐਗਰੀ ਕਰਦੇ, ਨਹੀਂ ਜੇ ਕੋਈ ਗਲਤ ਫੈਸਲਾ ਹੁੰਦਾ ਤਾਂ ਬਿਲਕੁਲ ਉਦੋਂ ਗਲਤ ਠਹਿਰਿਆ ਜਾਂਦਾ। ਤੁਹਾਨੂੰ ਕਿਉਂ ਲੱਗਦਾ, ਕਿਉਂਕਿ ਪੰਜਾਬ ਦੇ ਵਿੱਚ ਹਾਲਾਂਕਿ ਕਾਨੂੰਨ ਹੈ ਕਿ ਕਿਸੇ ਦੇ ਪਿਤਾ ਦੀ ਮੌਤ ਹੋ ਜਾਂਦੀ ਤਾਂ ਉਸਦੇ ਬੱਚੇ ਨੂੰ ਨੌਕਰੀ ਮਿਲਦੀ ਹੈ ਤਰਸ ਦੇ ਆਧਾਰ 'ਤੇ, ਤੁਹਾਨੂੰ ਲੱਗਦਾ ਹੈ ਕਿ ਕਿਉਂਕਿ ਚਰਚਾ ਇਹ ਵੀ ਹੈ ਕਿ ਸਰਦਾਪੁਜ ਦਾ ਪਰਿਵਾਰ, ਤੁਸੀਂ ਕੈਬਨਿਟ ਮੰਤਰੀ, ਉਹ ਵੀ ਘਰੋਂ ਸਹਿੰਦੇ ਨੇ, ਤਾਂ ਫਿਰ ਕਿਸ ਆਧਾਰ 'ਤੇ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਨੌਕਰੀ ਵਾਕਈ ਮਿਲਣੀ ਚਾਹੀਦੀ ਹੈ? ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਦਾਮਾਦ, ਤੁਹਾਡਾ ਜਵਾਈ ਜਿਹੜਾ ਹੈਗਾ ਉਹ ਡਿਜ਼ਰਵਿੰਗ ਹੈ ਇਸ ਨੌਕਰੀ ਲਈ? ਵੇਖੋ, ਗੱਲ ਨੌਕਰੀ ਦੀ ਹੈ ਜਿਹੜੀ ਤੁਸੀਂ ਕਰਨ ਲੱਗੇ ਹੈ, ਮੇਰੀ ਰਿਸ਼ਤੇਦਾਰੀ 16 'ਚ ਪਈ ਹੈ ਅਤੇ ਸਾਡੇ ਜਿਹੜੇ ਭੂਪਜੀ ਸੀ ਫਾਦਰ, ਕਾਕੇ ਦੇ ਫਾਦਰ, ਉਹਨਾਂ 'ਚ 11 ਦੇ ਵਿੱਚ ਡੈੱਥ ਹੋ ਗਈ ਸੀ। ਉਦੋਂ ਉਹ ਉਮਰ ਉਹਨਾਂ ਦੀ ਛੋਟੀ ਸੀ, ਉਦੋਂ ਬਾਅਦ ਉਹਨਾਂ ਨੇ ਅਪਲਾਈ ਕੀਤਾ, ਮੈਨੂੰ ਇਹ ਵੀ ਨਹੀਂ ਸੀ ਪਤਾ ਵੀ ਸਾਡੀ ਰਿਸ਼ਤੇਦਾਰੀ ਪਊਗੀ। ਮੈਂ ਤਾਂ ਹੈਰਾਨ ਹਾਂ ਵੀ ਅੱਜ ਇਹ ਖਬਰਾਂ ਦਾ ਜਿਹੜੀ ਚਰਚਾ ਦਾ ਸਿਲਸਿਲਾ ਚੱਲ ਪਿਆ, ਉਹ ਜੇ ਮੇਰੇ ਮੈਂ ਉਹਦਾ ਮਤਲਬ ਇੱਕ ਸਹੁਰਾ ਹੋਣ ਦੇ ਫਾਦਰ ਨਾਲ ਹੋਣ ਕਰਕੇ ਇਹ ਇਹਨੂੰ ਇਸ ਚੱਕਰ 'ਚ ਪਾ ਲਿਆ, ਜੇ ਨਾ ਵੀ ਮੈਂ ਮੇਰੇ ਨਾਲ ਰਿਸ਼ਤੇਦਾਰੀ ਹੁੰਦੀ ਉਹਨੂੰ ਇਹ ਨੌਕਰੀ ਮਿਲਣੀ ਸੀ। ਦੂਜੀ ਤੁਸੀਂ ਕਹਿੰਦੇ ਆ ਵੀ ਸਰਦਾਪੁਰਜ ਦਾ ਪ੍ਰਭਾਵ, ਵੇਖੋ ਪੋਲਿਸੀ 'ਚ ਕਿੱਥੇ ਲਿਖਿਆ ਗਿਆ ਵੀ ਜਿਹੜਾ ਸਰਦਾਪੁਰਜ ਦਾ ਪ੍ਰਭਾਵ ਹੋਵੇ ਉਹ ਨੌਕਰੀ ਪਿਓ ਤੋਂ ਬਾਅਦ ਲੈ ਨਹੀਂ ਸਕਦਾ। ਹਰੇਕ ਸਾਡੇ ਪੰਜਾਬ ਸਰਕਾਰ ਦੀ ਪੋਲਿਸੀ 'ਚ ਹੈ ਵੀ ਜਿਹੜਾ ਵੀ ਕੋਈ ਸਾਡਾ ਅਧਿਕਾਰੀ ਵਿਦ ਇਨ ਡਿਊਟੀ ਦੇ ਵਿੱਚ ਡੈੱਥ ਹੁੰਦੀ ਹੈ ਉਹਦੇ ਬੱਚਿਆਂ ਨੂੰ ਉਹਨਾਂ ਦੇ ਯੋਗਤਾ ਦੇ ਮੁਤਾਬਕ ਆਪਣੀ ਨੌਕਰੀ ਦਿੱਤੀ ਜਾਂਦੀ ਹੈ। ਇਹ ਕੋਈ ਪੰਜਾਬ ਦਾ ਵੱਖਰਾ ਕੇਸ ਨਹੀਂ, ਮੈਂ ਆਪਦੇ ਡਿਪਾਰਟਮੈਂਟ ਦੇ ਵਿੱਚ ਜਦੋਂ ਮੇਰੇ ਕੋਲ ਪਾਵਰ ਮਹਿਕਮਾ ਸੀ, ਘੱਟੋ ਘੱਟ ਮੈਂ ਪਿਛੋਕੜ ਤੁਹਾਨੂੰ ਦੱਸਦਾ 5,500 ਦੇ ਨੇੜੇ ਮੈਂ ਜਿਹੜੇ ਸਾਡੇ ਬਿਜਲੀ ਬੋਰਡ ਦੇ ਵਿੱਚ ਕਰਮਚਾਰੀ ਮਰੇ ਸੀ, ਮੈਂ ਉਹਨਾਂ ਦੇ ਵਾਰਸਾਂ ਨੂੰ ਉਹਨੇ ਬੱਚਿਆਂ ਨੂੰ ਨੌਕਰੀ ਦਿੱਤੀ ਆਪਦੇ ਹੱਥੀਂ। ਫਿਰ ਮੈਂ ਰੈਵਨਿਊ ਡਿਪਾਰਟਮੈਂਟ 'ਚ ਆਇਆ, ਸਾਡੇ ਰੈਵਨਿਊ ਡਿਪਾਰਟਮੈਂਟ 'ਚ ਜਿਹੜੇ ਸਾਡੇ ਤਹਿਸੀਲਦਾਰ ਸੀ ਜਾਂ ਹੋਰਾਂ ਦੀ ਡੈੱਥ ਹੋਈ ਡਿਊਟੀ ਕਰਦਿਆਂ 'ਤੇ, ਉਹਨਾਂ ਦੀਆਂ ਬੇਟੀਆਂ ਨੂੰ ਅਸੀਂ, ਉਹਨਾਂ ਦੇ ਬੇਟਿਆਂ ਨੂੰ ਅਸੀਂ, ਮੈਂ ਆਪਦੇ ਹੱਥੀਂ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ। ਅੱਜ ਇਹ ਬੜੀ ਚਰਚਾ ਦਾ ਵਿਸ਼ਾ ਉਹੀ ਮਤਲਬ ਜਿਹੜਾ ਮੀਡੀਆ ਭੁਚਾਲ ਪਾਈ ਫਿਰਦਾ ਵੀ ਗੁਰਪ੍ਰੀਤ ਕਾਂਗੜ ਦੇ ਜਵਾਈ ਨੂੰ ਨੌਕਰੀ ਮਿਲ ਰਹੀ ਹੈ। ਇਹ ਬਹੁਤ ਦੁੱਖ ਵਾਲੀ ਗੱਲ ਹੈ ਵੀ ਇੱਕ ਮੇਰਾ ਜਵਾਈ ਹੋਵੇ, ਉਹਦਾ ਪਿਓ ਇਹੋ ਜਿਹੀ ਭਰ ਜਵਾਨੀ ਵਿੱਚ ਗਿਆ ਹੋਵੇ ਔਰ ਉਹਨੇ ਐਡਾ ਵੱਡਾ ਪਰਦਾ ਫਾਸ਼ ਕੀਤਾ ਹੋਵੇ ਜਿਹੜਾ ਜਿਹੜਾ ਆਪਣੇ ਇਸ ਦਾ ਕਰਪਸ਼ਨ ਦੇ ਸੰਬੰਧ ਵਿੱਚ, ਔਰ ਦੁਨੀਆ ਜਿਹੜੀਆਂ ਲੁੱਟਾਂ ਲੁੱਟ ਲੁੱਟ ਕੇ ਲੋਕਾਂ ਨੂੰ, ਔਰ ਜਿਹੜੇ ਡਿਜ਼ਰਵਿੰਗ ਕੈਂਡੀਡੇਟ ਸੀ ਉਹਨਾਂ ਨੂੰ ਪਿੱਛੇ ਕਰਕੇ ਰਿਸ਼ਵਤ ਵਾਲੇ ਮੂਹਰੇ ਆ ਜਾਂਦੇ ਸੀ, ਉਹਨੂੰ ਫੜਾਇਆ ਹੋਵੇ
तो उस दे नमा दे मुताबक उन्हें उदू बार बीमार की स्थिति चले जाना। तो मैं हैरान हाँ भी ये एपरीशिएट करना चाहिए लोगों पंजाबियों भी जोड़े बड़े एडे बड़े चोर उन्हें नत्थ पवाई सी उन्हें सज़ा दवाई सी सीखा थले भेजा सी अज ये जे कोई खिलीड़ आए भी एक छोटे छोटे मासूम बच्चों का बहादुर गया हो अज उन्हों तो पुछो कोई नौकरी भारू नहीं नौकरी कोई चंगी नहीं बाप माँ बाप बहुत एक बड़ी गल होंदी है बाप माँ बाप का रहना इस बच्चों वास्ते बहुत अगे होंदा ये नाल जे आप नौकरी की कीमत तो बाप की कीमत का वेखी जाइए बहुत बड़ा अंतर है। एक एक कांग्रेस तो क्लीयर करे जी भी 2011 च मौत हुई सिकरी तुहाडे नाल 2016 च पई तो यह अप्लाई फिर तुसी कराया या फिर पहला अप्लाई किया होया सी तुहाडे जवाई ने? बिल्कुल मैं नहीं कराया ना मैनूं पता सी उन्हां दा पहले ही अप्लाई किया सी मेरी मेरी 16 दे विच इन्हां नाल रिश्तेदारी पई है उदू बाद यह लड़का आपदे आप उदों अकाली गवर्नमेंट भी सी उदों भी यह पैरवाई करता फिरदा हुंदा सी मैनूं पता लगता सी भी आपदी नौकरी वास्ते फिर रहा कोई डाकूमेंट्स नत पूरे करते हैं सूँ पता भी फॉरमैलिटीज़ बनिया होंगे अतफाकिया गुरु महाराज ने कृपा करती साड़ी सरकार आ गई जे अकाली दल की भी सरकार या होर कोई भी सरकार होंगी नौकरी तो गुरशेर मिलनी मिलनी सी अज मेरे करके नौकरी नहीं मिल रही है अज ये देखो जिहड़ी भी नौकरियां अज तो सब तो पहला तो दसदा साढ़े को एक सारे पंजाब के कुछ तत्थ ने साढ़े सामने जोड़े बहुत सीनियर आई एस ते आई पी एस अफसर की डैथ हुई उन्होंने बच्चों किमें किमें नौकरी दी गई है तो ये रसदा पुछदे परिवार की कोई पॉलिसी नहीं भी जे जिहड़ा कोई बिल्कुल बेचारा गरीब है उन्होंने जरूरत है उन्होंने भी बड़ी जरूरत है जे कोई आपके घर रोटी खाँदा नौकरी वो वास्ते भी जरूरी है इस करके प्यो का जाना जोड़ा वो बहुत बड़ी दुखदाई घटना होंगी है उत्थे कोई नौकरियों के पैसे ना तुलना नहीं की जाती इस करके मीडिया नू सही तत्थ पेश करना पर की फिर इन्ना लंबा टाइम क्यों लग गया करीब 10 साल हो गए कोई ऑब्जेक्शन लगा हुआ सी भी जो ऑब्जेक्शन हुण तुहाडी हेल्प दे नाल दूर हो रहा या फिर प्रोसैस दे विच कोई दिक्कत सी? बिल्कुल नहीं सी देखो पहला जदों उन्हां दी डैथ हुई है ये सारे 20 साल का सी छोटी उम्र सी अपलाई नहीं सी कर सकता अपलाई कर दिता सी उन्होंने रिजर्व रख लिया सी जदों एलिजिबल होया उदू बाद नौकरी दिती जाऊगी ਇਹ ਨਹੀਂ ਵੀ ਮੇਰੇ ਅੱਜ ਕਹਿਣ ਦੇ ਨਾਲ ਜਾਂ ਮੈਂ ਕਿਤੇ ਜਾ ਕੇ ਸਿਫਾਰਿਸ਼ ਕੀਤੀ ਹੋਈ ਕਦੇ ਵੀ ਮੈਂ ਅੱਜ ਤੱਕ ਕਿਸੇ ਨਾ ਚੀਫ ਮਿਨਿਸਟਰ ਸਾਹਿਬ ਨੂੰ ਜਾਂ ਕਿਸੇ ਸਾਡੇ ਕੋਈ ਡਿਪਾਰਟਮੈਂਟ ਨੂੰ ਮੈਂ ਕਿਤੇ ਜਾ ਕੇ ਕਿਹਾ ਹੋਵੇ ਵੀ ਮੇਰੇ ਜੁਆਈ ਨੂੰ ਨੌਕਰੀ ਜੇ ਮੈਂ ਇਹੀ ਭਰਤੀ ਕਰਾਉਂਦਾ ਹੁੰਦਾ ਤਾਂ ਮੈਂ 17 'ਚ ਵੀ ਕਰਾ ਸਕਦਾ ਸੀ ਜਦੋਂ ਉਹਦਾ ਸਮਾਂ ਪੂਰਾ ਹੋਇਆ ਉਹਦੀ ਜਦੋਂ ਜਿਹੜੀਆਂ ਸਾਰੀਆਂ ਫਾਰਮੈਲਿਟੀ ਪੂਰੀਆਂ ਹੋਈਆਂ ਸਰਕਾਰ ਨੇ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰਕੇ ਹੁਣ ਉਹਨੂੰ ਹਰੀ ਝੰਡੀ ਦਿੱਤੀ ਹੈ ਉਹ ਵੀ ਅੱਜ ਵੇਖਦੇ ਹਾਂ ਵੀ ਕੈਬਨਿਟ ਮਨਜ਼ੂਰੀ ਦਿੰਦੀ ਹੈ ਕਿ ਨਹੀਂ ਦਿੰਦੀ ਹੈ ਉਹ ਵੀ ਕੈਬਨਿਟ ਦੇ ਅੱਗੇ ਜਾਣਾ ਮੈਂ ਅੱਜ ਤੁਹਾਨੂੰ ਕਹੀ ਜਾਵਾਂ ਮਿਲ ਜੂਗੀ ਮੈਂ ਤਾਂ ਇਹ ਵੀ ਨਹੀਂ ਕਹਿੰਦਾ ਹਾਲ ਤਾਂ ਕੁਲਦੀਪ ਸਿੰਘ ਧਾਲੀਵਾਲ ਜਿਸ ਦਾ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਉਹ ਸਾਡੇ ਨਾਲ ਨੇ ਇਹ ਸ਼ਖਸ ਕਿਉਂ ਜ਼ਰੂਰੀ ਨੇ ਪਹਿਲਾਂ ਵੀ ਮੈਂ ਦੱਸਿਆ ਉਸ ਵੇਲੇ ਏਟੀਓ ਐਸੋਸੀਏਸ਼ਨ ਦੇ ਪ੍ਰਧਾਨ ਸੀ ਔਰ ਭੂਪਜੀਤ ਜਿਹੜੇ ਗੁਰਸ਼ੇਰ ਦੇ ਫਾਦਰ ਨੇ ਉਹਨਾਂ ਦੇ ਨਾਲ ਸੀ ਏਟੀਓ ਇਕੱਠੇ ਸੀ ਔਰ ਇਹ ਪ੍ਰਧਾਨ ਸੀ ਉਹ ਕੇਸ ਅਪਲਾਈ ਕਿਵੇਂ ਹੋਇਆ ਸੀ ਨੌਕਰੀ ਦਾ ਉਸ ਵੇਲੇ ਅਪਲਾਈ ਹੋਇਆ ਸੀ ਬਾਅਦ 'ਚ ਅਪਲਾਈ ਹੋਇਆ ਪੂਰਾ ਵਿਵਾਦ ਔਰ ਉਹਦੇ 'ਚ ਕਮੀ ਕੀ ਸੀ ਕਿ ਉਹ ਨੌਕਰੀ ਇੰਨੀ ਦੇਰ ਲਟਕਦੀ ਰਹੀ? ਇਹ 2011 'ਚ ਸਭ ਭੂਪਜੀਤ ਸਿੰਘ ਉਹਨਾਂ ਦੀ ਡੈਥ ਹੁੰਦੀ ਹੈ ਜੀ 9ਵੇਂ ਮਹੀਨੇ 'ਚ ਉਸ ਤੋਂ ਬਾਅਦ ਪਰਿਵਾਰ ਇੰਨੇ ਸਦਮੇ 'ਚ ਸੀਗਾ ਅਸੀਂ ਮੈਂ ਅਤੇ ਸਰ KVS ਸਿੱਧੂ ਸਾਡੇ ਡਿਪਟੀ ਡਾਇਰੈਕਟਰ ਸੀਗੇ ਅਸੀਂ ਵਾਰ ਵਾਰ ਇਹਨਾਂ ਦੇ ਘਰ ਜਾਂਦੇ ਰਹੇ ਅਤੇ ਬੱਚੇ ਗੱਲ ਕਰਨ ਨੂੰ ਤਿਆਰ ਨਹੀਂ ਸੀ ਇੰਨੇ ਮਤਲਬ ਇਸ ਤਰ੍ਹਾਂ ਦਾ ਮਾਹੌਲ 'ਚ ਉਹਨਾਂ ਦੀ ਡੈਥ ਹੋਈ ਸੀਗੀ 2002 'ਚ ਜਦੋਂ ਉਹ ਰਵੀ ਸਿੱਧੂ ਨੂੰ ਦੀ ਆਪਣੇ ਕਰਪਸ਼ਨ ਦਾ ਪਰਦਾਫਾਸ਼ ਕਰਦੇ ਨੇ ਤਾਂ ਰਵੀ ਸਿੱਧੂ ਦੇ ਪਰਿਵਾਰ ਤੁਹਾਨੂੰ ਪਤਾ ਲੋਕਰਾਂ 'ਚੋਂ ਪੈਸੇ ਕਿਵੇਂ ਕਿੰਨੇ ਬੰਦਿਆਂ ਦੇ ਲੋਕਰਾਂ 'ਚੋਂ ਪੈਸੇ ਨਿਕਲੇ ਸੀ? ਤੁਸੀਂ ਉਸ ਵੇਲੇ ਵੀ ਨਾਲ ਸੀ? ਬਿਲਕੁਲ ਮੈਂ ਉਦੋਂ 2002 'ਚ ਅਸੀਂ ਇੰਸਪੈਕਟਰ ਹੁੰਦੇ ਸੀ ਸਾਰੇ ਇਹ ਚੰਡੀਗੜ੍ਹ ਪੋਸਟਡ ਸੀਗੇ ਅਤੇ ਉਹ ਰਵੀ ਸਿੱਧੂ ਇਹਨਾਂ ਤੋਂ ਉਸ ਤਰ੍ਹਾਂ ਦੀ ਕੋਈ ਡਿਮਾਂਡ ਕਰ ਰਿਹਾ ਸੀ ਜਦੋਂ ਕਿ ਉਦੋਂ ਵੀ ਇਹ ਡਿਜ਼ਰਵਿੰਗ ਸੀਗੇ ਅਤੇ ਇਹਨਾਂ ਦਾ PCS ਨੋਮੀਨੇਸ਼ਨ ਲਈ ਡਿਪਾਰਟਮੈਂਟਾਂ 'ਚੋਂ 9 ਜਾਂਦਾ ਹੁੰਦਾ ਸੀ ਜਿਨ੍ਹਾਂ ਦਾ ਰਿਕਾਰਡ ਆਊਟਸਟੈਂਡਿੰਗ ਰਿਪੋਰਟਾਂ ਹੁੰਦੀਆਂ ਸੀ ਅਤੇ ਭੂਪਜੀਤ ਸਿੰਘ ਸਾਡਾ ਡੈਕੋਰੇਟਡ ਅਫਸਰ ਸੀਗਾ ਸਾਡੇ ਡਿਪਾਰਟਮੈਂਟ ਦਾ ਅਤੇ ਉਦੋਂ ਵੀ ਇਹਨਾਂ ਦਾ ਨਾਂ ਜਾਂਦਾ ਰਿਹਾ ਉਹ ਵਾਰ ਵਾਰ ਉਹ ਪੈਸੇ ਲੈਣ ਵਾਸਤੇ ਹੀ ਕਰ ਰਿਹਾ ਸੀਗਾ ਸਾਰਾ ਕੁਛ ਅਤੇ ਉਹ ਚਲੋ ਫੜਿਆ ਗਿਆ ਇਹ ਵਿਸਲ ਬਲੋਅਰ ਸੀਗੇ ਠੀਕ ਹੈ ਫਿਰ ਇੱਕ ਇਸ ਤਰ੍ਹਾਂ ਦੀ ਮੁਹਿੰਮ ਚੱਲੀ ਪਈ ਜਿਹੜੇ ਸੁਪਰੀਮ ਕੋਰਟ ਜਾਂ ਕੋਈ ਹਾਈ ਕੋਰਟ ਦੇ ਮਾਨਯੋਗ ਉਹਦੇ ਫੈਸਲੇ ਨੇ ਉਹਦੇ 'ਚ ਇਸ ਤਰ੍ਹਾਂ ਹੈਗਾ ਵੀ ਜੇ ਕੋਈ ਟਿੰਟਡ ਬੰਦਾ ਕੋਈ ਸਿਲੈਕਸ਼ਨ ਕਰਦਾ ਜਾਂ ਕਮੇਟੀ ਉਸ ਉਹਦਾ ਉਹਨੂੰ ਹੈੱਡ ਕਰਦਾ ਅਤੇ ਉਹ ਜਿਹੜੀਆਂ ਸਾਰੀਆਂ ਸਿਲੈਕਸ਼ਨਸ ਨੇ ਸਾਰੀਆਂ ਉਹਨਾਂ ਨੇ ਇਹ ਰੱਦ ਕਰ ਦਿੱਤੀਆਂ ਸੀ ਜਿੰਨੇ ਵੀ ਅਫਸਰ ਲੱਗੇ ਜਿੰਨੇ ਅਫਸਰ ਲੱਗੇ ਸੀ ਉਹ ਭੁਚਾਲ ਪੈ ਗਿਆ ਸਾਰੇ ਪੰਜਾਬ 'ਚ ਅਤੇ ਬਾਈ ਜੀ ਨੂੰ ਸਭ ਭੂਪਜੀਤ ਸਿੰਘ ਉਹਨਾਂ ਨੂੰ ਥਰੈਟ ਆਉਣ ਲੱਗ ਗਏ ਲਾਈਫ ਥਰੈਟਨਿੰਗ ਸੀਗਾ ਸਾਰਾ ਸਿਸਟਮ ਅਤੇ ਬੱਚਿਆਂ ਨੂੰ ਹਿਮਾਚਲ ਪੜ੍ਹਨ ਭੇਜਣਾ ਪਿਆ ਸਿਕਿਉਰਿਟੀ ਲੈਣੀ ਪਈ
इस तरह के हालात करते करते 2011 तक वो मतलब नेशनल शूटर सीगे, हॉकी खेडते सी, बहुत अच्छे स्पोर्ट्स परसन सीगे, बहुत वधिया सेहत दे मालिक सी, ते वो इस तरह इन्ना डिप्रैस जा को कह लो भी इन्ना ये हो गए उस हारनेस से उन्हां दी डैथ हुंदी है 2011 च। ते उस तो बाद दो महीने बाद असी मैं सा केवीएस सिद्धू असी सारे ने मिल के ईटीसी साहब नूं रिक्वेस्ट की, एफसीआर नूं रिक्वेस्ट की, एफसीटी नूं रिक्वेस्ट की, ते पी ओ क्योंकि उन्होंने भी पता सीगा भूपजीत सिंह बहुत ही काबल अफसर सीगे साडे डिपार्टमेंट दे, उदों ओह मंडी गोबिंदगढ़ लगे हुए सी, एक छोटे जे झगड़े च उन्हां दे सट भी वज गई सी जदों टैक्स किसी वाली को हैगी मतलब टैक्स की चोरी फड़न गए सीगे, तां ओह उन्हां दी डैथ हो जाती है। तो उस तो बाद ईटीसी ते एफसीटी दोनों ने कहा हाँ जी इन्हां दे बच्चों 101% एडजस्ट करना चाहिए। ये ना जी कंपैशनेट ग्राउंड ते तरस जिहड़ा हैगा ना, दो शब्द हैगे पता नहीं किवें मतलब मैनूं नहीं समझ लगी है क्यों इन्हां नूं कन्फ्यूज करी जांदे ने। कंपैशनेट जिहड़ा हैगा वह एम्पैथी सिंपथी, कंपैशनेट एक डिफरेंट इशू हैगा जी, किसी बंदे नाल उहदा दुख दर्द समझ के, ठीक है ना। फिर नौकरी किवें अप्लाई हुई, कदों अप्लाई हुई? 2011 च अप्लाई हुई जी, मेरे हत्थी अप्लाई हुई है, सारा कुछ मैनूं पता। मैं बार बार असी रेगूलर इहनूं कोशिशां करदे रहे भी इहनूं इहदी फाइल अगे तुरे, पर साढ़े महकमे च कुछ इस तरह के होंदे ने एफीडेविट जिहड़े जिन्ने उन्हां दे भूपजीत सिंह उन्हां ते डिपेंडेंट सीगे, भैन जी सीगी उन्हां दे वाइफ, उन्हां दी डॉटर सीगी, सारिआं तों एफीडेविट लैणे हुंदे ने भी हाँ जी सानूं कोई इतराज़ नहीं, वो सारे कासे च ना ये डिले हो जांदा हुंदा इस तरह का। पर यह कोई पहला केस नहीं है जी, जे कोई आपां इस तरह की गल करिए, अटवाल साहब एक बार DIG पर यह गल कही जा रही है कि सरदा पुज का परिवार हुण तां रिश्तेदारी कैबिनेट मंत्री नाल पै गई, कैबिनेट मंत्री जवाई हो गए, एक परिवार चो घरों भी कहिंदे सौखे आ, जमीन जायदाद बड़ी है, प्रॉपर्टी बहुत है, आंदे भी फिर की वह एलिजिबल हैगे ने कि कानूनन, क्योंकि तुसीं महकमे दे विच इसे च रहे हो कि वाकई एलिजिबल है? डिपार्टमेंट ने सारा सोच के ये मतलब उन्हां दी अगे सारी उदाहरण है तुहाडे कोल? हाँ बिल्कुल, इस तरह दी बहुत सारी उदाहरण ने। अटवाल साहब अपने DIG सीगे, उन्हां दी डैथ, उन्हां नूं असैसिनेशन हो गई सी, उन्हां दी वाइफ नूं PCS लाया गया सी। इस तरह ब्राड सीगे अवनिंदर सिंह अब्बल खराने वाले, उन्हां दी सिस्टर नूं DSP जां कुछ इस तरह का मतलब गैजेटेड पोस्ट ते भर्ती किया गया सी। ते साडी तां डिमांड एसोसीएशन दी उदों यह सीगी वी इह गैजेटेड सीगा, क्लास 1 अफसर सी, ते इहदे बेटे नूं इहने 101% AETC तां पक्का ही बनना सी, DTC दा उहदे नूं भी हत्थ लाउणा सी क्योंकि हाले लंबी जॉब पई सी। असीं तां इहदों चाहुंदे सी वी इहदे बेटे नूं घट्टो घट्ट ETO लाया जावे, इह हुण कोई निजमां च नहीं कोई इस तरह लटक क्यों गया जी? 10 साल का वक्फा या कोई पोलीटिकली तुहानूं लगदा कोई दिक्कत? नहीं कोई पोलीटिकली कोई दिक्कत नहीं है जी। 2011 च उहनां दी डैथ हुंदी है, उदों कांगड़ साहब नाल तां रिश्तेदारी 2016 च पैंदी है जी। जिहड़ी एक कहा जा रहा है कि एजेंडे दे मुताबिक कि वन टाइम एडजस्टमेंट, जिहड़ी वन टाइम रिलैक्सेशन देनी है कैबिनेट ने, उह रिलैक्सेशन काहे च देनी है? कोई किसे पॉइंट ते कमी है? नहीं किसे पॉइंट ते कोई कमी नहीं है, वो तो सिंपली एक हुंदा भी विद इन ये डिपार्टमेंट दी कुछ कमियां हुंदियां ने, जिहड़ा रिकॉर्ड संभालिया नहीं जांदा, हुण कंप्यूटराइज्ड रिकॉर्ड हुण सारा कुछ सांभिया जांदा। मैं अपने हत्थी उहनां दी एप्लीकेशन प्रोसैस करवाई सी उत्थे एडमिन डिपार्टमेंट च, साडे जिहड़ा पटियाले हैगा ETC ऑफिस च एक एडमिन दा ऑफिस हैगा, ते उह एप्लीकेशन दा इहनां नूं इक टाइम लै रहे सीगे वी विद इन 5 ईयर्स अपलाई होना चाहिए, विद इन 6 महीने, जबकि वैल एंड टाइम अपलाई होया हुआ जी, वह उस च कितें कोई कमी रहेगी जी? जी तो कमी रहेगी। एक लास्ट कमेंट गुरप्रीत कांगड़ होरां तों लै लैंदे आपां। कांगड़ साहब पूरे विवाद दे विच किस तरह देखदे हो, क्योंकि तुहाडे साथी भी हो सकदा इतराज ना करन, हो सकदा कर भी देण, तां पूरे विवाद दे विच अज गुरप्रीत कांगड़ किस तरह की स्थिति का सामना कर रहे हैं, और जिस तरह पहले कहा जा रहा है कि तुहाडे कलेश दे विच तुहानूं लंबे लंबे भी घरों शायद मिलते रहे? देखो चलो घरां दीआं तां 100 गल्लां हुंदियां, कोई एडी गल नहीं हुंदी, बच्चों का मन दे विच जो गल है ये तो नहीं आपां कह सकते कोई ऐसी गल नहीं सी। पर मैं तां देखो सरकार ने यह एजेंडा लैके आंदा, पॉलिसी के मुताबिक लैके आंदा, साडे वजीर भरावां दे सामने रख्या जाऊ, जे साडे वरी साडे कैबिनेट वजीर भरा इस गल नूं मना करनगे तो मैं एक्सैप्ट कर लूँगा, मैंने कोई ऐसी गल नहीं भी मैं आपदी भरावां दी गल उलटावां। जे उन्होंने लग्या भी गुरप्रीत कांगड़ भी ये नजायज़ है तो बिल्कुल असी मतलब असी कहांगे ना करो, इस करके मैं कोई इस भी ये जायज़ है तो तुसीं इहनूं पास कर लो, जे नजायज़ है इहनूं मना कर दिओ, ये गल बिल्कुल मैं इस पक्षों मैंटली प्रिपेयर हाँ, कोई मेरे मन ते बोझ नहीं। जिहड़े साडा वेखो कैबिनेट एक परिवार का मैंबर हुंदी है,
जी इतफाक ही है, यह मेरा जवाई बन गया, तो जवाई ना बनता नौकरी तो फिर भी मिलनी सी। जी जी शुक्रिया। तो गुरप्रीत सिंह कांगड़ साफ तौर पर कहें कि कानून के नियमों के तौर पर कहें कि वह डिजर्व करते हैं गुरशेर सिंह जेड़े इन्हों के हम जवाई ने, क्योंकि अपलाई 2011 तो किया हो जिन्हों लोगों ने अपलाई कराया वह भी इस वे साढ़े नाल ने, तो कहें कोई डिजर्विंग है, पर फिर भी कैबिनेट जो फैसला करी कहते मैनू मंजूर होगा, पर नियमों के मुताबिक अगर उसू नौकरी मिलनी बनती है तो कहते हैं कि मिलनी चाहिए है। कई तरह दारण देने की कोशिश की जा रही है मंत्री साहब ज उन्होंने साथी वालों के किस तरह कोई पहला केस नहीं है, पहला भी है।